ਅਸਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਠੋੜਾ ਦੋਸਤੋ ਇੱਕ ਨਵੇਂ ਪਲੇਟਫਾਰਮ ਦਾ ਰਿਵਿਊ ਕਰਨ ਚੱਲਿਆ ਮਿਲ ਜੇ ਲਿੰਕ ਮਿਲ ਜੇਗਾ ਡਿਸਕ੍ਰਿਪਸ਼ਨ ਤੇ account ਬਣਾ ਲਓ ਲੇਕਿਨ ਪਹਿਲੀ ਗੱਲ ਦੱਸਦਾ ਮੈਂ ਵਾਰੰਟੀ ਕੋਈ ਨਹੀਂ ਦੇ ਸਕਦਾ ਕਿ ਦੋ ਤੱਕ ਚੱਲ ਸਕਦਾ ਤੇ ਇਹਦੇ ਵਿੱਚ ਕੰਮ ਕਿਸ ਤਰ੍ਹਾਂ ਕਰਨਾ ਹੈ ਉਹ ਤੁਹਾਨੂੰ ਦੱਸਦਾ ਲਿੰਕ ਮਿਲੇਗਾ ਡਿਸਕ੍ਰਿਪਸ਼ਨ ਦੇ ਉੱਤੇ ਕਲਿੱਕ ਕਰੋਗੇ ਤੇ ਸਭ ਤੋਂ ਪਹਿਲੇ ਉੱਤੇ ਤੁਸੀਂ ਜਿਹੜਾ ਹੈਗਾ ਆਪਣਾ ਮੋਬਾਈਲ ਨੰਬਰ ਪਾ ਦੇਣਾ ਜਿਹੜਾ ਫੋਨ ਨੰਬਰ ਹੈ ਠੀਕ ਹੈ ਇਹ ਜਗ੍ਹਾ ਤੇ ਠੀਕ ਹੈ ਇੱਥੇ ਤੁਸੀਂ ਆਪਣਾ ਕੰਟਰੀ ਸਿਲੈਕਟ ਕਰ ਸਕਦੇ ਹੋ ਜੋ ਵੀ ਤੁਹਾਡਾ ਕੰਟਰੀ ਹੈ ਅਮਰੀਕਾ ਪਾਕਿਸਤਾਨ ਇੰਡੀਆ ਅਫਗਾਨਿਸਤਾਨ ਤੁਰਕੀ ਸ਼ੁਰਕੀ ਜੋ ਵੀ ਹੈ ਪਾਓ ਉਸ ਤੋਂ ਬਾਅਦ ਤੁਸੀਂ ਆਪਣਾ ਲੌਗਇਨ ਪਾਸਵਰਡ ਪਾ ਦੇਣਾ ਹੈ ਦੈਨ ਪਾਸਵਰਡ ਕਨਫਰਮ ਕਰ ਦੇਣਾ ਇਨਵੀਟੇਸ਼ਨ ਕੋਡ ਆਲਰੇਡੀ ਆ ਜਾਏਗਾ ਲਿੰਕ ਤੇ ਕਲਿੱਕ ਕਰੋਗੇ ਤੇ ਰਜਿਸਟਰ ਦਾ ਬਟਨ ਦਬਾ ਦੇਣਾ ਤੁਸੀਂ ਨਾ ਖਾਣ ਬਣਾਇਆ ਹੋਇਆ ਤਾਂ ਤੁਹਾਨੂੰ ਚੈੱਕ ਕਰਵਾ ਦੇਣਾ ਦੋਸਤੋ ਕਾਉਂ ਬਣਾਵੋਗੇ ਤੁਹਾਡੇ ਸਾਹਮਣੇ ਇਸ ਤਰੀਕੇ ਦੇ ਇਹਨਾਂ ਤੋਂ ਪੇਸ਼ ਹੋ ਜਾਂਦਾ ਹੈ ਸਭ ਤੋਂ ਉੱਤੇ ਪਹਿਲੀ ਅਨਾਊਂਸਮੈਂਟ ਤੁਹਾਨੂੰ ਸੁਣਾ ਦੇਣਾ ਫਸ ਜਿਬੋਜ਼ਿਟ ਵਿਚ ਇਜ਼ ਫਾਰ ਨਿਊ ਮੈਂਬਰ ਅਗਰ ਕੋਈ ਬੰਦਾ 50 ਡਾਲਰ ਰਿਫਰਲ ਕਰਦਾ ਹੈ ਉਹ ਕੰਪਨੀ 3 ਡਾਲਰ ਦੇਗੀ 100 ਕਰਦਾ ਹੈ ਤਾਂ 60 ਦੇਗੀ 300 ਕਰਦਾ ਹੈ ਤਾਂ 20 ਡਾਲਰ ਦੇਗੀ ਹੈ ਕਮਿਸ਼ਨ ਹੈਗੀ ਟੀਮ ਕਮਿਸ਼ਨ 12% 6% 2% ਡਿਵਾਈਡਡ ਜੋ ਤੁਹਾਡੇ ਮੈਂਬਰਾਂ ਤੋਂ ਆਏਗੀ ਤੁਹਾਨੂੰ ਤੇ 12% ਜਿਹੜਾ ਹੈਗਾ ਐ ਆਉਦੀ ਹੈ ਟੈਕਸ ਦੇ ਮੇਡ ਉਸ ਤੋਂ ਬਾਅਦ ਥੱਲੇ ਜਾਂਦੇ ਆ ਤੇ ਯੋਰ ਐਕਸਕਲੂਸਿਵ ਯੂਐਸ ਵੀਆਈਪੀ ਦਾ ਅਗਰ ਚੈੱਕ ਕਰਨਾ ਹੋਵੇ ਤੇ ਇੱਥੇ ਆ ਕੇ ਤੁਸੀਂ ਆਪਣਾ ਵੀਆਈਪੀ ਚੈੱਕ ਕਰ ਸਕਦੇ ਹੋ ਇਹਦੇ ਵਿੱਚ ਮਿਨੀਮਮ ਇਨਵੈਸਟਮੈਂਟ ਜੇਗੀ 5 ਡਾਲਰ ਤੁਹਾਨੂੰ ਕੰਪਨੀ ਦੇ ਦੇ ਦਿੰਦੀ ਹੈ ਰਿਵਾਰਡ ਤੇ ਮਿਨੀਮਮ 5 ਡਾਲਰ ਡਿਪੋਜ਼ਿਟ ਕਰਕੇ ਤੁਹਾਡਾ ਪੈਕੇਜ ਐਕਟੀਵੇਟ ਹੋ ਸਕਦਾ ਹੈ ਤੇ 3 ਮਿੰਟ ਦਾ ਟਾਈਮ ਲੱਗੇਗਾ ਤੇ ਤੁਹਾਨੂੰ ਅਰਨਿੰਗ ਆ ਜਾਏਗੀ ਪ੍ਰੋਫਿਟ ਕਿੰਨਾ ਆਏਗਾ 1.7 ਤੋਂ ਲੈ ਕੇ 1.80% ਤੱਕ ਪ੍ਰੋਫਿਟ ਆਏਗਾ ਵਿਡਰਾਅ ਫੀਸ ਕੱਟਦੇ ਨੇ 5% ਠੀਕ ਹੈ ਇਹ ਵਿਡਰਾਅ ਫੀਸ ਹੋਰ ਸੌਰੀ 12% ਤੇ ਇੱਕ ਪੈਕੇਜ ਹੁੰਦਾ ਹੈ ਫॉर 30 ਦਿਨਾਂ ਦਾ ਤੇ ਇਹ ਤੁਹਾਨੂੰ ਆਂਦੀ ਗ੍ਰੇਡ ਵਨ ਦੇ ਵਿੱਚ ਅਗਰ ਗ੍ਰੇਡ 2 ਨੂੰ ਵੇਖਿਆ ਜਾਏ ਤੇ ਇਹਦੇ ਵਿੱਚ ਤੁਸੀਂ 300 ਡਾਲਰ ਡਿਪੋਜ਼ਿਟ ਕਰ ਸਕਦੇ ਹੋ ਤੇ 3000 ਤੱਕ ਪੈਕੇਜ ਹੈ ਇਹਦੇ ਤੇ 2% ਤੋਂ 2.10% ਤੱਕ ਹੈ ਉਸ ਤੋਂ ਬਾਅਦ ਗ੍ਰੇਡ 3 ਹੈ ਇਹਦੇ 2000 ਤੋਂ 10000 ਡਾਲਰ ਤੱਕ ਹੈ ਗ੍ਰੇਡ 4 ਤੇ 6000 ਤੋਂ 20000 ਤੱਕ ਹੈ ਠੀਕ ਹੋ ਗਿਆ ਐਮਾ ਤੋਂ ਦਾਸ਼ ਕਰਾ ਦੇ ਉਸ ਤੋਂ ਬਾਅਦ ਅਸੀਂ ਕਰਦੇ ਬੈਗ ਮੈਂ ਜਾਨਣਾ ਮੈਂ ਫਰੈਂਡ ਨੂੰ ਇਨਵਾਈਟ ਕਰਨਾ ਤਾਂ ਇਨਵਾਈਟ ਫਰੈਂਡ ਦੇ ਵਿੱਚ ਜਾ ਕੇ ਤੁਹਾਨੂੰ ਆਪਣੇ ਫਰੈਂਡਾਂ ਨੂੰ ਇਨਵਾਈਟ ਕਰ ਦੋਦੇ ਤੇ ਤੁਹਾਨੂੰ ਆਪਣਾ ਇਨਵੀਟੇਸ਼ਨ ਕੋਡ ਮਿਲ ਜਾਏਗਾ ਇਹ ਤੋਂ ਤੁਸੀਂ ਕਾਪੀ ਕਰੋ ਤੇ ਦੋਸਤਾਂ ਨੂੰ ਸ਼ੇਅਰ ਕਰ ਸਕਦੇ ਹੋ ਇਨਵੀਟੇਸ਼ਨ ਲਿੰਕ ਵੀ ਹੁੰਦਾ ਹੈ ਠੀਕ ਹੈ ਉਸ ਤੋਂ ਬਾਅਦ ਗੱਲ ਹੈ ਕਿ ਮੈਂ ਕੰਮ ਕਿਸ ਤਰ੍ਹਾਂ ਕਰਨੇ ਇਥੇ ਨਿਊਜ਼ ਵਗੈਰਾ ਸਾਰੀਆਂ ਹੁੰਦੀਆਂ ਠੀਕ ਹੈ ਥੱਲੇ ਬੀਟੀਸੀ ਵਗੈਰਾ ਜੋ ਵੀ ਰੇਟ ਇਹਨਾਂ ਦੇ ਚੱਲ ਰਹੇ ਨੇ ਇਥੇ ਸ਼ੋ ਹੋ ਜਾਂਦੇ ਹੈ ਕ੍ਰਿਪਟੋ ਦੇ ਹੁਣ ਜਾਣਦੇ ਆਂ ਅਸੀਂ ਮਾਈਨ ਦੇ ਵਿੱਚ ਇਹਦੇ ਵਿੱਚ ਆ ਕੇ ਇੱਥੇ ਤੁਹਾਨੂੰ ਤੁਹਾਡਾ ਇਨਵੀਟੇਸ਼ਨ ਕੋਡ ਵਗੈਰਾ ਜੋ ਤੁਹਾਡਾ ਜੁਆਈਡ ਆਈ ਡੀ ਵਗੈਰਾ ਤੁਹਾਡਾ ਮਾਈ ਆਰਡਰ ਸਾਰੀ ਡਿਟੇਲ ਇੱਥੇ ਤੁਹਾਨੂੰ ਮਿਲ ਜਾਏਗੀ ਗੂਗਲ ਐਸਾਈਡਿਕੈਟਰ ਲੌਗਇਨ ਪਾਸਵਰਡ ट्रांजैक्शन ਪਾਸਵਰਡ ਜੋ ਵੀ ਤੁਸੀਂ ਚੇਂਜਿੰਗ ਕਰਨੀ ਕਰ ਹੁਣ ਅਸੀਂ ਜਾਣਦੇ ਆਂ ਚਲੋ ਕੰਮ ਉੱਤੇ ਹੋਮ ਤੇ ਜਾਂਦੇ ਆਂ ਇੱਥੇ ਆਨਤਵਾ ਤੁਸੀਂ ਰੀਚਾਰਜ ਨਾਲ ਟਕਲੀਕ ਕਰਨਾ ਹੈ ਚਾਰਜ ਨਾਲ ਤੇ ਜਦੋਂ ਕਲਿੱਕ ਕਰੋਗੇ ਉਸ ਤੋਂ ਪਹਿਰੇ ਮੈਂ ਤੁਹਾਨੂੰ ਦੱਸ ਦੇਣਾ ਐਸਾਈਡ ਵਿੱਚ ਜਾ ਕੇ ਤੁਸੀਂ ਵੇਖ ਲਓ ਇਸੜ ਵਿੱਚ ਆਣਾ ਤੁਸੀਂ ਇੱਥੇ ਤੁਹਾਨੂੰ 5 ਡਾਲਰ ਆਏ ਹੋਣਗੇ 5 ਡਾਲਰ ਕੀ ਹੈ ਕੰਪਨੀ ਦੀ ਸਰਫਰ ਰਿਵਾਰਡ ਮਿਲਦਾ ਹੈ ਠੀਕ ਹੈ 5 ਡਾਲਰ ਅਜੇ 3 ਨਾਲ ਐਕਟੀਵੇਟ ਕਰਨਾ ਹੈ ਤਾਂ 5 ਡਾਲਰ ਡਿਪੋਜ਼ਿਟ ਕਰਨੇ ਨੇ ਸੋਰੀ 5 ਡਾਲਰ ਡਿਪੋਜ਼ਿਟ ਕਰਨ ਲੱਗੇ ਹੋ ਰਿਹਾ ਚਾਹਤੇ ਜਾਣਾ ਇੱਥੇ ਆ ਕੇ ਤੁਸੀਂ ਇੱਥੇ ਤੁਹਾਨੂੰ ਆਪਣਾ ਲਿੰਕ ਮਿਲ ਜੇਗਾ ਇੱਥੇ ਡਿਪੋਜ਼ਿਟ ਕਰ ਦੇਣਾ 5 ਡਾਲਰ TRC20 ਦਾ ਡਸ ਹੋਏਗਾ ਠੀਕ ਹੈ ਇਹ ਕਰੋ ਮੈਂ ਰਿਪੋਜ਼ਿਟਿਵ ਦੇ ਡਿਪੋਜ਼ਿਟ ਕਰਨਾ ਡਿਪੋਜ਼ਿਟ ਕਿਸ ਤਰ੍ਹਾਂ ਕਰਨਾ ਹੈ ਸਭ ਤੋਂ ਪਹਿਲੇ ਲਿੰਕ ਕਾਪੀ ਕਰੋ ਦੋਸਤੋ ਬਾਅਦ ਤੁਸੀਂ ਉਸ ਤੋਂ ਬਾਅਦ ਦੋਸਤੋ ਮੈਂ ਇੱਥੇ ਆ ਜਾਣਾ ਵਾਂ ਐਸੈਟਸ ਵਿੱਚ ਯਾਨੀ ਆਪਣੇ ਬਿਟਗੇਟਾ ਅਕਾਊਂਟ ਦੇ ਵਿੱਚ ਆ ਗਿਆ ਤੇ ਮੇਰੇ ਕੋਲ ਇਸ ਵਕ 26 ਡਾਲਰ ਮੌਜੂਦ ਨੇ ਆਹ ਵੇਖ ਸਕਦੇ ਹੋ 26 ਡਾਲਰ ਠੀਕ ਹੈ ਇਹਨਾਂ ਨੂੰ ਮੈਂ ਡਿਪੋਜ਼ਿਟ ਕਰਨਾ 26 ਹੋਣਗੇ ਤੇ ਤੁਹਾਡੇ ਪੰਜੀ ਜਾਵਣਗੇ ਉਹਨਾਂ ਨੂੰ ਮੈਂ ਵਿਡਰਾਵ ਮਾਰਨ ਲੱਗਾ ਵਿਡਰਾਅ ਤੇ ਕਲਿੱਕ ਕਰਨਾ ਹੈ 온ਚੇਨ ਜੋ ਉਥੋਂ ਲਿੰਕ ਕਾਪੀ ਕੀਤਾ ਸੀ ਉਹ ਇੱਥੇ ਲਿਆ ਕੇ ਤੁਸੀਂ ਪੇਸਟ ਕਰ ਦਿਓ ਠੀਕ ਹੈ ਆ ਜਾਗਾ ਤੇ ਇੱਥੇ ਲਿੰਕ ਪੇਸਟ ਕੀਤਾ ਤੁਸੀਂ ਲਿੰਕ ਵੇਖ ਲੈਣਾ ਉਹੀ ਹੈ ਮੈਂ ਇਹਨੂੰ ਪਿੱਛੇ ਕਰਕੇ ਇੱਥੇ ਅਨਦਰ ਲਿੰਕ ਉਹੀ ਜੇ ਇੱਥੇ ਉਹ ਲਿੰਕ ਪਾ ਦਿੱਤਾ ਇੱਥੇ ਮਾਉਰ ਲਿਖਣੀ ਹੈ 26 26 ਲਿਖਾਂਗਾ ਤਾਂ ਕਿ ਪੰਜੀ ਉਥੇ ਅਸੀਂ ਉਹ 1 ਡਾਲਰ ਕੰਪਨੀ ਕਾਟ ਲੈਂਦੀ ਹੈ ਇਹ ਵੇਖੋ ਠੀਕ ਹੈ ਮੈਂ ਵਿਡਰਾ ਤੇ ਕਲਿੱਕ ਕਰਨਾ ਵਿਡਰਾਅ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਸਬੰਧਾ ਬਟਨ ਪਾ ਦੇਣਾ ਉਸ ਤੋਂ ਬਾਅਦ ਵੈਰੀਫਿਕੇਸ਼ਨ ਵਗੈਰਾ ਕਰਨੀ ਹੈ ਤਾਂ ਵੈਰੀਫਿਕੇਸ਼ਨ ਵਗੈਰਾ ਜੀ ਕਰ ਲੈਣੇ ਆ ਮੈਨੂੰ Gmail ਤੇ ਵੈਰੀਫਿਕੇਸ਼ਨ ਕੋਡ ਆ ਚੁੱਕਿਆ ਹੈ ਇਹਨੂੰ ਕਾਪੀ ਕਰਨਾ ਇੱਥੇ ਵੈਰੀਫਿਕੇਸ਼ਨ ਕੋਡ ਪਾ ਦੇਣਾ ਉਹਨੂੰ Google Authenticator ਐ ਮੈਂ ਇੱਥੇ ਆ ਗਿਆ Google Authenticator ਵੀ ਮੈਂ ਪਾ ਦਿੱਤਾ ਹੈ ਕਨਫਰਮ ਦਾ ਬਟਨ ਪਾ ਦੇਣੀ ਹੈ ਤੇ ਤੁਹਾਡਾ ਵਿਡਰਾਅ ਲੱਗ ਜਾਏਗਾ ਐ ਵੇਖ ਸਕਦੇ ਹੋ 5 ਪੇਮੈਂਟ ਕਿੰਨੀ $1 ਚਲੋ ਬੈਡਰਾ ਹੁੰਦਾ ਤਾਂ ਉਹਨੂੰ ਤਾਂ 40 ਤੋਂ 42 ਮਿੰਟ ਲੱਗ ਜਾਂਦੇ ਹਾਂ ਹਾਂਜੀ ਦੋਸਤੋ ਮੈਂ ਰੀਚਾਰਜ ਕਰ ਲਿਆ ਇੱਥੇ 5 ਡਾਲਰ ਸਨ 5 ਜੀ ਡਿਪੋਜ਼ਿਟ ਕਰ ਦਿੱਤੇ ਤੇ 30 ਜਿਹੜੇ ਹੈਗੇ ਨੇ ਹੋ ਚੁੱਕੇ ਨੇ 30 USDT ਹੁਣ ਜਾਂਦੇ ਹਾਂ ਹੋਮ ਦੇ ਵਿੱਚ ਆ ਕੇ ਅਸੀਂ ਚੱਲਦੇ ਜਾਂਦੇ ਆਵਾ ਇੱਥੇ ਯੋਰ ਐਕਸਕਲੂਸਿਵ VIP ਦੇ ਅੰਦਰ ਚੱਲੇ ਜਾਂਦੇ ਆ ਦੋਸਤੋ ਇਸ ਦੇ ਅੰਦਰ ਆ ਕੇ ਤੇ ਇਹ ਚੀਜ਼ ਦਾ ਆਪਸ਼ਨ ਆ ਚੁੱਕਿਆ ਹੈ ਤੇ 3 ਡਾਲਰ ਡਿਪੋਜ਼ਿਟ ਨੇ ਤੇ ਹੁਣ ਅਸੀਂ ਚੀਵ ਦਾ ਬਟਨ ਦਬਾ ਲ dennਾ ਹੈ ਚੀਵ ਦਾ ਬਟਨ ਦਬਾਵਾਂਗੇ ਠੀਕ ਹੈ ਤੇ ਸਾਡਾ ਆ ਪੈਕੇਜ ਹੋ ਲੱਗ ਜਾਏਗਾ ਤੇ ਸਾਨੂੰ ਅਰਨਿੰਗ ਵੀ ਆ ਜਾਏਗੀ ਠੀਕ ਹੈ ਆ ਚੁੱਕੀ ਹੈ ਹੁਣ ਅਸੀਂ ਚਲੇ ਜਾਣੇ ਵਾ ਇੱਥੇ ਮਾਈ ਆਰਡਰ ਚੈੱਕ ਕਰੀਏ ਮਾਈ ਆਰਡਰ ਤੇ ਤੁਹਾਨੂੰ ਰਿਕਾਰਡ ਸ਼ੋ ਹੋ ਜਾਏਗਾ उससे तो पहले अभी फिर एसिड से जाने हैं दोबारा तो ऐसा ऑर्डर लाने से वेलवेट डेफी दे जाना है उसके बाद वेलवेट डी के अंदर चले जाना है इस बटन के अंदर इस बटन के अंदर आना है जो आपके सामने यहाँ पे शो हो जाएगा अब यहाँ पे ग्रिड वन हमारा एक्टिवेट है अचीव है अच्छा दोस्तों हम अब क्रिएट ऑर्डर पे क्लिक करेंगे हमारा तीस डॉलर का पैकेज एक्टिवेट हो जाएगा एक्टिवेट तो हुआ है हमारी अर्निंग आ जाएगी हम यहाँ पे क्लिक करते हैं तीस डॉलर ऑल करके तीस डॉलर कर देने हैं ऑल पे और फिर ये बटन दबाना है ये ली मैं मैंने बटन दबा दिया है लो जी बटन दबाते हैं तो ये नीचे ये जो है ना ये घूमना शुरू हो जाएगा तो तीन मिनटों बाद आपको अर्निंग आ जाएगी ये तीन मिनट पूरे होते हैं तो मैं आपको चेक करवाता हूँ हाँ जी दोस्तों जो टाइम है आप चेक कर सकते हैं पाँच सेकंड चार सेकंड तीन सेकंड दो और एक ठीक है ये हो चुका है ऑर्डर हमारा पूरा हो चुका है और हमें अर्निंग भी आगे होगी अब ऑर्डर रिकॉर्ड के अंदर जाते हैं ऑर्डर रिकॉर्ड ये ऑप्शन है यहाँ पे आप चेक कर सकते हैं हमें अर्निंग आ चुकी है तीस से कितनी आई है हमें पता चल जाएगा और डिटेल्स टू बी रिलीज के अंदर जीरो दो की अर्निंग आई है ठीक है अब हम क्या करेंगे विड्रा मारेंगे विड्रा मारने के लिए माइन के अंदर चले जाना है यहाँ पे आने के बाद आपने विड्रा एड्रेस डालना होगा कह सेटअप सेट क्या करना है इस पर क्लिक करेंगे ट्रेडिंग पासवर्ड तो ट्रेडिंग पासवर्ड जो है ना हमने लगाना है यहाँ पे ट्रांसक्शन पासवर्ड जो है ना ये बटन इस पर जाएँ अपना ट्रांसक्शन पासवर्ड पहला नंबर पर आप लगाएँ इस पर क्लिक करेंगे यहाँ पे ट्रांसक्शन पासवर्ड लगा दें मैं लगा देता हूँ पासवर्ड मैंने लगा दिया है उसके बाद ओके करते हैं तो हमारा जो ट्रांसक्शन पासवर्ड है वो सेट हो जाएगा उसके बाद फिर से जाते हैं माइन के अंदर और वड्रा पे क्लिक करते हैं यहाँ पे है। विड्रा वाला एड्रेस डालना है ट्रांसक्शन पासवर्ड लगाना है मैं यहाँ पर आ जाता हूँ डिपोजिट पर क्लिक करना है दैन ट्रॉन टी आर या यू एस डी टी दोनों का लिंक सेम होता है आप यहाँ से लिंक कॉपी कर सकते हैं मैंने कॉपी कर लिया अपना मैं ओके एक्स में विड्रा लेना चाहता हूँ तो ओके एक्स का लिंक यहाँ से कॉपी करते हैं यहाँ पर ट्रे आर सी ट्वेंटी और यह मैंने लिंक कर लिया कॉपी कॉपी करने के बाद इधर आ जाना है यहाँ पे यहाँ पे लिंक पेस्ट करना है ठीक है विड्रावल एड्रेस पासवर्ड लगा देना ऊपर और ओके का बटन दबा देना है और आपका ड्रावल एड्रेस ऐड हो जाएगा ठीक है और उसके बाद आपने क्या करना है यहाँ पे होम पे जाना है होम पे आने के बाद वड्रा एम पे क्लिक करना है ये फिर क्लिक करते हैं और यहाँ पे आप जो है वड्रा अगर सारा मारना है तो मैं सारा मारने लगा हूँ ऑल पे क्लिक करूँगा ठीक है और ओके पे क्लिक कर दूंगा क्योंकि विड्रा फीस जो है ना तकरीबन तीन शारिया छः डॉलर उसके कट जाएंगे और फिर हमें जो विड्रा है छब्बीस का रिसीव हो जाएगा ठीक है बारह परसेंट विड्रा फीस काटते हैं ओके कर देता हूँ यहाँ पे फोन पासवर्ड लगा देता हूँ पासवर्ड लगा दिया और ओके कर देते हैं तो हमारा जो विड्रा सक्सेस हो चुका है ठीक है यहाँ पर अब जो हमारा ओवरव्यू आज खेल नहीं है धीरे शरीर पाँच आई है ये छो हो रही है चलें वड्रा के अंदर जाते हैं यहाँ पे हमने तीसरा यू का वड्रा मारा है जिसमें बारह परसेंट फीस हो गई और ये हमें रिसीव होगा जब आता है तो चेक कराते हैं दोस्तों हमारा जो है हमें रिसीव हो चुका है ये देखें छब्बीस या चार यू हमें रिसीव हो चुके हैं यानी पैकेज बड़ा होगा तो ज़्यादा अर्निंग होगी पैकेज छोटा था इसलिए हमारा अर्निंग जीरो शरीय पाँच हुई है और हमने आपको चेक करवा दिया है ठीक हो गया ये आप चेक कर सकते हैं ठीक हो गया बाकी रही बात इसमें आप अपना लिंक कॉपी करना तो इनवाइट फ्रेंड में जाएं यहाँ से अपना लिंक कॉपी कर सकते हैं दोस्तों को शेयर कर सकते हैं और दोस्तों के साथ जो आप ज्वाइन करेंगे वो डिपॉजिट करेंगे और आपको जो अर्निंग आएगी टीम के ऑप्शन में आपने चले जाना है टीम के ऑप्शन के अंदर आपको शो हो जाएगा यहाँ पे आपकी टीम की अर्निंग भी शो होती जाएगी फर्स्ट जनरेशन सेकंड जनरेशन थर्ड जनरेशन तीन लेवल से जो अर्निंग होगी यहाँ पे आपको शो हो जाएगी भी और टीम लिस्ट में जाएंगे तो यहाँ पे भी फर्स्ट जनरेशन में कितने चोर हुए हैं सेकंड जनरेशन ये ये लेवल है इन पे शो हो जाएगी बाकी वीडियो अच्छी लगे तो लाइक और सब्सक्राइब जरूर कर दें और वारंटी की मैं कोई नहीं कुछ कह सकता वारंटी वारंटी कोई नहीं है कब तक चल सकती है बस मैंने आप लोगों के लिए वीडियो बना दी है तो सब्सक्राइब और बेल आइकन लाजमी प्रेस कर दे जाना तो मेहरबानी ठीक है वीडियो वायरल अगे नहीं तो मेहरबानी तोडे वीडियो बनाई थी तो, तो, बना थी तो कर दे नहीं हो तो अच्छी गल नहीं है कॉमेंट भी कर दे जाना जिन्होंने वेखी है तो लाइक तो, तो कॉमेंट करते जा मेहरबानी ठीक है थोड़ा बहुत शुक्रिया अल्लाह हाफि